ਵੀ ਇਹ ਮੇਰੀ ਤਾਂ ਬੜੀ ਖੁਸ਼ਕਿਸਮਤੀ ਆ ਕਿ ਰਾਏਕੋਟ ਇਤਿਹਾਸਿਕ ਕਸਬਾ ਦਸਮ ਪਾਤਸ਼ਾਹ ਦੀ ਸ਼ੋਅ ਪ੍ਰਾਪਤ ਭੂਮੀ ਆ। ਮੈਂ ਸਮਝਦਾ ਕਿਸੇ ਵੀ ਆਦਮੀ ਨੂੰ ਅਗਰ ਇਹਦੀ ਸੇਵਾ ਕਰਨ ਦਾ ਮੌਕਾ ਮਿਲਦਾ ਤਾਂ ਉਹ ਇਦੋਂ ਵੱਡੀ ਉਹਦੀ ਖੁਸ਼ਕਿਸਮਤੀ ਨਹੀਂ ਹੋ ਸਕਦੀ। ਇਹ ਰਾਏਕੋਟ ਕਸਬੇ ਦੀ ਰਾਏਕੋਟ ਹਲਕੇ ਦੀ ਸੇਵਾ ਦਾ ਮੌਕਾ ਮੈਨੂੰ ਮਿਲਿਆ। ਤੁਹਾਨੂੰ ਯਾਦ ਹੋਊਗਾ ਕਿ ਇਸ ਸ਼ਹਿਰ 'ਚ ਪਿਛਲੇ ਡੇਢ ਸਾਲ 'ਚ ਦੋ ਵਾਰੀ, ਇੱਕ ਵਾਰੀ ਮੈਂ 2 ਕਰੋੜ ਰੁਪਈਆ ਔਰ ਇੱਕ ਵਾਰੀ ਆ 1.5 ਕਰੋੜ ਆ ਜਿਹਦੇ 'ਚੋਂ ਆ ਹੋ ਰਿਹਾ। ਔਰ ਮੈਨੂੰ ਆਪ ਕਿਉਂਕਿ 2-2.5 ਸਾਲ ਹੋ ਗਏ ਆ ਇੱਥੇ ਪਾਰਕ ਸੈਰ ਕਰਨ ਦਾ ਮੈਨੂੰ, ਔਰ ਖਾਸ ਕਰ ਬਜ਼ੁਰਗ ਬੀਬੀਆਂ ਬੱਚੇ ਹਰ ਆਦਮੀ ਕੋਈ ਅੱਜ ਕੱਲ੍ਹ ਸੈਰ ਕਰਨਾ ਚਾਹੁੰਦਾ ਅਤੇ ਪਾਰਕ ਇੱਕ ਤਾਂ ਮੈਨੂੰ ਬਹੁਤ ਵੱਡਾ ਲੱਗਦਾ ਸੀ ਕਿਉਂ ਜੀ, ਜਿਹੜਾ ਲੱਗਦਾ ਸੀ ਵੀ ਇਸ ਸ਼ਹਿਰ 'ਚ ਪਾਰਕ ਨਹੀਂ ਹੈਗਾ। ਆ ਸਾਰੇ ਸਾਡੇ ਲੀਡਰ ਇਹਨਾਂ ਸਾਰਿਆਂ ਨਾਲ ਗੱਲ ਕਰਕੇ ਔਰ ਫਿਰ ਇਸ ਕਰਕੇ 50 ਲੱਖ ਦੀ ਕੀਮਤ ਨਾਲ ਇੱਕ ਤਾਂ ਪਾਰਕ ਕੀਤਾ। ਇਹਦਾ ਮਤਲਬ ਇਹ ਨਹੀਂ ਕਿ 50 ਲੱਖ ਅੰਤ ਹੈ, ਜੇ ਇਦੋਂ ਜ਼ਿਆਦਾ ਵੀ ਖਰਚਾ ਆਊਗਾ ਤਾਂ ਅਸੀਂ ਦੇਵਾਂਗੇ ਜਿੰਨਾ ਮਰਜ਼ੀ ਖਰਚਾ ਆਵੇ। ਬਹੁਤ ਸੋਹਣਾ ਅਸੀਂ ਇਤਿਹਾਸਿਕ ਪਾਰਕ ਬਣਾਉਣਾ। ਦੂਸਰੀ ਗੱਲ, ਅਗਰ ਤੁਹਾਨੂੰ ਯਾਦ ਹੋਵੇ ਪਿਛਲੇ ਦੁਸ਼ਹਿਰੇ 'ਤੇ ਮੈਂ ਕਿਹਾ ਸੀ ਕਿ ਮੈਂ ਇਸ ਸ਼ਹਿਰ ਨੂੰ LED ਲਾਈਟਾਂ ਨਾਲ ਜਗਮਗ ਕਰਾਉਣਾ ਚਾਹੁੰਦਾ, ਯਾਦ ਕਰੋ। ਮੈਂ ਕਦੇ ਗੱਲ ਭੁੱਲਦਾ ਨਹੀਂ ਹਾਂ। ਇਸ ਸ਼ਹਿਰ 'ਚ 800 ਔਰ ਜੇ ਜ਼ਰੂਰਤ ਪਈ 1000 ਵੀ LED ਲਾਈਟਾਂ ਲਾ ਕੇ ਅਸੀਂ ਇਹੋ ਜਿਹਾ ਸ਼ਹਿਰ ਕਰ ਦੇਣਾ ਵੀ ਉੱਤੋਂ ਦੀ ਵੀ ਕੋਈ ਨਿਕਲੋ ਜਹਾਜ਼ 'ਚ ਅਤੇ ਉਹ ਦੇਖੂਗਾ ਕਿ ਭਾਈ ਇਹ ਕਿਹੜੀ ਚੀਜ਼ ਆ ਜਿੱਥੇ ਇੰਨਾ ਜ਼ਿਆਦਾ ਚਾਨਣ ਹੋ ਰਿਹਾ ਹੈਗਾ। ਹੋਰ ਵੀ ਆ, ਤੁਸੀਂ ਸੜਕਾਂ ਦਾ ਦੇਖਿਆ ਹੈਗਾ, ਸੜਕਾਂ ਸਾਰੀਆਂ ਇਸ ਸ਼ਹਿਰ ਦੀਆਂ ਬਣ ਗਈਆਂ ਨੇ, ਗਲੀਆਂ ਨਾਲੀਆਂ ਜਿੰਨੀਆਂ ਬਚਦੀਆਂ ਨੇ, ਜਿੰਨਾ ਸਾਨੂੰ ਪੰਜਾਬ ਸਰਕਾਰ ਤੋਂ ਮਿਲੂਗਾ ਉਹਦੇ 'ਚ, ਨਹੀਂ ਤਾਂ ਫਿਰ MP ਦਾ ਫੰਡ ਜਿੰਨਾ ਭਾਵੇਂ ਇੱਥੇ 50 ਲੱਖ ਮੇਰਾ ਲੱਗ ਜੇ, ਚਾਹੇ 1 ਕਰੋੜ ਲੱਗੇ, ਜਿੰਨਾ ਮਰਜ਼ੀ ਲੱਗੇ, ਪਰ ਇਸ ਸ਼ਹਿਰ ਨੂੰ ਮੈਂ ਚਮਨ ਬਣਾ ਕੇ ਉਦੋਂ ਤੱਕ ਨਹੀਂ ਮੈਂ ਹਟਦਾ ਜਦੋਂ ਤੱਕ ਇਹ ਚਮਨ ਨਹੀਂ ਬਣਦਾ। ਗ੍ਰਾਂਟ ਵਿਕਾਸ ਕਾਰਿਆਂ ਲਈ ਲੈ ਕੇ ਆਏ ਸੀ, ਉਹਦੇ ਅੰਤਰਗਤ 50 ਲੱਖ ਰੁਪਏ ਦੀ ਲਾਗਤ ਨਾਲ ਅੱਜ ਇੱਕ ਬਹੁਤ ਹੀ ਸੋਹਣੇ ਔਰ ਵੱਡੇ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। 18-19 ਲੱਖ ਰੁਪਏ ਦੀ ਸ਼ਹਿਰ ਵਿੱਚ 800 ਥਾਵਾਂ 'ਤੇ LED ਲਾਈਟਾਂ ਲਾਉਣ ਦਾ ਵੀ ਕਾਰਜਕ੍ਰਮ ਅੱਜ ਸ਼ੁਰੂ ਕੀਤਾ ਗਿਆ ਔਰ ਵੱਖ ਵੱਖ ਸ਼ਹਿਰ ਦੀ ਗਲੀਆਂ ਔਰ ਸੜਕਾਂ ਦੀ ਮੁਰੰਮਤ ਲਈ ਵੀ 20 ਲੱਖ ਦਾ ਕੰਮ 20 ਲੱਖ ਦੀ ਲਾਗਤ ਨਾਲ ਉਹ ਵੀ ਕੰਮ ਅੱਜ ਸ਼ੁਰੂ ਕੀਤਾ। ਨਹੀਂ ਜੀ, ਦੇਖੋ ਜਿਹੜਾ ਰਾਏਕੋਟ ਸ਼ਹਿਰ ਆ, ਅਸੀਂ ਸਾਰੇ ਇੱਥੇ ਰਹਿੰਦੇ ਹਾਂ, ਮੈਂ, ਡਾਕਟਰ ਅਮਰ ਸਿੰਘ ਜੀ, ਆਪਾਂ ਸਾਰੇ ਹੀ ਰਾਏਕੋਟ ਸ਼ਹਿਰ ਦੇ ਨਿਵਾਸੀ ਹਾਂ ਅਤੇ ਅਕਸਰ ਆਪਾਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਆਪਣੇ ਕੋਲ ਕੋਈ ਚੰਗੀ ਸਿਵਿਕ ਸਪੇਸ ਨਹੀਂ ਸੀ, ਕੋਈ ਸਾਂਝੀ ਥਾਂ ਨਹੀਂ ਸੀ ਜਿੱਥੇ ਆਪਾਂ ਖੁਦ ਜਾ ਸਕਦੇ ਸੀ, ਪਰਿਵਾਰ ਬੱਚਿਆਂ ਨੂੰ ਬਜ਼ੁਰਗਾਂ ਨੂੰ ਲੈ ਕੇ ਜਾ ਸਕਦੇ ਸੀ ਸੈਰ ਕਰਨ ਲਈ, ਐਕਸਰਸਾਈਜ਼ ਕਰਨ ਲਈ, ਜਾਂ ਅਕਸਰ ਬਜ਼ੁਰਗਾਂ ਨੂੰ ਔਰ ਬੱਚਿਆਂ ਨੂੰ ਲੈ ਕੇ ਚੰਗਾ ਮੌਸਮ ਹੁੰਦਾ ਜਦੋਂ ਸਿਆਲਾਂ ਵਿੱਚ ਬੈਠਣ ਲਈ ਵੀ ਇੰਝ ਦੀ ਕੋਈ ਸੁਵਿਧਾ ਨਹੀਂ ਸੀ। ਅਤੇ ਪਾਰਕ ਤਾਂ ਬਹੁਤ ਫਰਕ ਪਊਗਾ ਔਰ ਜਿਹੜੀ LED ਲਾਈਟਿੰਗ ਆ ਸ਼ਹਿਰ ਦੇ ਵੱਖ ਵੱਖ ਹਿੱਸੇ ਜਿੱਥੇ ਹੁਣ ਅੱਜ ਦੇ ਟਾਈਮ 'ਤੇ ਹਨੇਰਾ ਰਹਿੰਦਾ ਜਾਂ ਘੱਟ ਲਾਈਟਾਂ ਲੱਗੀਆਂ, ਇੱਕ ਜਿਹੜੀ LED ਲਾਈਟ ਆ ਉਹ 4 ਜਾਂ 5 ਰੈਗੂਲਰ ਟਿਊਬਲਾਈਟ ਦੇ ਬਰਾਬਰ ਆ। ਤਾਂ ਤੁਸੀਂ ਖੁਦ ਅੰਦਾਜ਼ਾ ਲਾ ਲਓ ਜਦੋਂ ਆਪਾਂ 800 ਥਾਵਾਂ 'ਤੇ LED ਲਾਈਟਿੰਗ ਕਰਤੀ ਤਾਂ ਸ਼ਹਿਰ ਵਿੱਚ ਕਿੰਨਾ ਚਾਨਣਾ ਹੋ ਜਾਊਗਾ। ਜੋ ਸਾਡੇ MP ਡਾਕਟਰ ਅਮਰ ਸਿੰਘ ਜੀ ਸ਼ਹਿਰ ਨੂੰ ਪਾਰਕ ਸਮਰਪਿਤ ਕਰਨ ਜਾ ਰਹੇ ਆ, ਜੋ ਕਿ ਲਗਭਗ 49 ਲੱਖ ਰੁਪਏ ਦੀ ਲਾਗਤ ਨਾਲ ਬਣ ਰਿਹਾ, ਇਹ ਸ਼ਹਿਰ ਵਾਸੀਆਂ ਨੂੰ ਇੱਕ ਬਹੁਤ ਵੱਡੀ ਦੇਣ ਦਿੱਤੀ ਜਾ ਰਹੀ ਆ ਡਾਕਟਰ ਸਾਹਿਬ ਵੱਲੋਂ। ਸ਼ਹਿਰ ਲੋਕਾਂ ਦੀ ਇਹਦੇ ਨਾਲ ਸਿਹਤ ਵੀ ਵਧੀਆ ਰਹੇਗੀ ਅਤੇ ਵਧੀਆ ਇੱਥੇ ਮਨੋਰੰਜਨ ਦਾ ਸਾਧਨ ਹੋਏਗਾ ਬੱਚਿਆਂ ਦਾ। ਇਹ ਪਾਰਕ 49 ਲੱਖ ਰੁਪਏ ਦੀ ਲਾਗਤ ਨਾਲ ਬਣ ਜਾ ਰਿਹਾ। ਇਹ 'ਚ ਪਾਰਕ ਬਣਨ ਜਾ ਰਿਹਾ ਜੀ, ਜਿਹਦੇ ਵਿੱਚ ਝੂਲੇ ਹੋਣਗੇ ਬੱਚਿਆਂ ਦੇ ਲਈ, ਘਾਹ ਵਗੈਰਾ ਅਰਗਿਆ ਹੋਊਗਾ ਸੈਰ ਕਰਨ ਲਈ, ਸਜਾਵਟੀ ਬੂਟੇ ਹੋਣਗੇ, ਬਹੁਤ ਹੀ ਸੋਹਣਾ ਇੱਕ ਦੇਖਣ ਵਾਲਾ ਪਾਰਕ ਹੋਏਗਾ ਇਹ।